ਫਗਵਾੜਾ ਦੇ ਮੁਹੱਲਾ ਓਮਕਾਰਨਗਰ ਦੇ ਤਿੰਨ ਬੱਚੇ ਜੋ ਕਿ ਸਕੂਲ ਤੋਂ ਬਿਨਾਂ ਦੱਸੇ ਲਾਪਤਾ ਹੋ ਗਏ ਸਨ ਉਹਨਾਂ ਬੱਚਿਆਂ ਨੂੰ ਫਗਵਾੜਾ ਪੁਲਿਸ ਵੱਲੋਂ 5 ਦਿਨਾਂ ਬਾਅਦ ਚੰਡੀਗੜ੍ਹ ਤੋਂ ਲੱਭ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਸੀ। ਬੱਚਿਆਂ ਦੇ ਵਾਪਸ ਆਉਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਨਾਲ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਰਾਸ਼ਟਰੀ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਆਪਣੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਬੱਚਿਆਂ ਦੇ ਸਹੀ ਸਲਾਮਤ ਵਾਪਸ ਆਉਣ ਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਦਵਿੰਦਰ ਜੋਸ਼ੀ ਵੱਲੋਂ ਉਹਨਾਂ ਨੂੰ ਇਹਨਾਂ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਐਸਪੀ ਫਗਵਾੜਾ ਨਾਲ ਗੱਲਬਾਤ ਕਰਕੇ ਜਲਦ ਤੋਂ ਜਲਦ ਇਹਨਾਂ ਬੱਚਿਆਂ ਦਾ ਪਤਾ ਲਗਾਉਣ ਲਈ ਕਿਹਾ ਸੀ। ਵਿਜੇ ਸਾਂਪਲਾ ਨੇ ਕਿਹਾ ਕਿ ਫਗਵਾੜਾ ਪੁਲਿਸ ਅਤੇ ਮੀਡੀਆ ਦੇ ਸਹਿਯੋਗ ਨਾਲ ਹੀ ਬੱਚੇ ਸਹੀ ਸਲਾਮਤ ਵਾਪਸ ਅੱਜ ਆਪਣੇ ਘਰ ਪਹੁੰਚੇ ਹਨ, ਜਿਸ ਲਈ ਫਗਵਾੜਾ ਪੁਲਿਸ ਤੇ ਮੀਡੀਆ ਵਧਾਈ ਦਾ ਪਾਤਰ ਹੈ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਬੱਚਿਆਂ ਦਾ ਧਿਆਨ ਰੱਖਣ ਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤਾਂ ਜੋ ਬੱਚੇ ਭਵਿੱਖ ਵਿੱਚ ਅਜਿਹਾ ਕਦਮ ਨਾ ਪੁੱਟ ਸਕਣ। ਪਿਛਲੇ ਦਿਨੀ ਜਿਹੜੇ ਓਂਕਾਰ ਨਗਰ ਫਗਵਾੜਾ ਤੋਂ ਜਿਹੜੇ ਤਿੰਨ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਬੰਦ ਕਰਦੇ, ਔਰ ਉਹ ਆਪਣੇ ਤਿੰਨੇ ਹੀ ਆਪਸ ਵਿੱਚ ਦੋਸਤ ਸੀਗੇ ਔਰ ਤਿੰਨੇ ਹੀ ਘਰੋਂ ਜਿਹੜੇ ਘੁੰਮਣ ਫਿਰਦੇ ਮੂਡ ਦੇ ਵਿੱਚ ਘਰੋਂ ਨਿਕਲ ਗਏ ਔਰ ਘੁੰਮਦੇ ਘੁੰਮਾਉਂਦੇ ਉਹ ਚੰਡੀਗੜ੍ਹ ਗਏ ਪਹੁੰਚੇ ਆ। ਔਰ ਇਸ ਦੌਰਾਨ ਸਾਨੂੰ ਆਲੇ ਦੁਆਲੇ ਫੋਨ ਵੀ ਆਇਆ, ਦਵਿੰਦਰ ਜੋਸ਼ੀ ਦਾ ਵਿਸ਼ੇਸ਼ ਰੂਪ 'ਚ ਫੋਨ ਆਇਆ ਸੀ ਕਿ ਵੀ ਤਿੰਨ ਬੱਚੇ ਜਿਹੜੇ ਓਂਕਾਰ ਨਗਰ ਦੇ ਆਪਣੇ ਘਰੋਂ ਗਾਇਬ ਨੇ, ਸਕੂਲ ਗਏ, ਵਾਪਸ ਨਹੀਂ ਪਰਤੇ, ਕਿਉਂਕਿ ਵਿਸ਼ਾ ਬੜਾ ਚਿੰਤਾਜਨਕ ਸੀ ਅਤੇ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ, SSP ਸਾਹਿਬ ਨਾਲ ਵੀ, SP ਨਾਲ ਵੀ, ਔਰ ਉਹਨਾਂ ਨੂੰ ਇਹ ਕਿਹਾ ਸੀ ਕਿ ਵੀ ਇਹ ਲੋਕਲ ਪੁਲਿਸ ਨੂੰ ਨਾਂ ਲਗਾ ਕੇ ਸਪੈਸ਼ਲ ਟਾਸਕ ਫੋਰਸ ਦੀ ਕੋਈ ਬਣਾਇਆ ਜਾਵੇ ਤਾਂ ਕਿ ਟੀਮਾਂ ਬਣਾਈਆਂ ਜਾਣ। ਔਰ ਉਹਨਾਂ ਨੇ ਆਪਣੇ ਵਾਇਰਲੈਸ ਸੰਦੇਸ਼ ਦਿੱਤੇ ਔਰ ਮੈਂ ਇਹ ਕਹਾਂਗਾ ਕਿ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਦੌੜ ਧੂਪ ਕਰਕੇ ਉਹਦੇ 'ਚ ਇਹਨਾਂ ਨੂੰ ਜਿਹੜਾ ਚੰਡੀਗੜ੍ਹ ਤੋਂ ਬਰਾਮਦ ਕੀਤਾ ਗਿਆ, ਉੱਥੇ ਦੀ ਪੁਲਿਸ ਨੇ ਇਹਨਾਂ ਨੂੰ ਇਨਫੋਰਮ ਕੀਤਾ ਔਰ ਇਹ ਘਰ ਆ ਗਿਆ। ਔਰ ਇਹਦੇ 'ਚ ਮੈਂ ਕਹਾਂਗਾ ਕਿ ਵੀ ਜਿੱਥੇ ਬਾਕੀ ਸਾਰਿਆਂ ਦਾ ਵੀ ਬੜਾ ਸਹਿਯੋਗ ਰਿਹਾ, ਕਿਉਂਕਿ ਐਸੇ ਮਾਹੌਲ ਦੇ ਵਿੱਚ ਸਾਰੇ ਹੀ ਹਮਦਰਦੀ ਵੀ ਪਰਿਵਾਰ ਦੇ ਨਾਲ ਪ੍ਰਗਟ ਕਰਦੇ ਆ ਔਰ ਸਾਰਿਆਂ ਨੂੰ ਚਿੰਤਾ ਹੁੰਦੀ ਹੈ ਕਿ ਫਗਵਾੜੇ ਵਰਗੇ ਸ਼ਹਿਰ ਦੇ ਵਿੱਚ ਐਸੀਆਂ ਘਟਨਾ ਹੋਣ ਅਤੇ ਕਈ ਅਣਸੁਖਾਵੀਂ ਘਟਨਾ ਨਾ ਹੋ ਗਈ ਹੋਵੇ, ਇਹਦੀ ਵੀ ਚਿੰਤਾ ਜ਼ਿਆਦਾ ਰਹਿੰਦੀ ਹੈ। ਸੋ ਉਹਦੇ 'ਚ ਮੈਂ ਕਹਾਂਗਾ ਕਿ ਪੁਲਿਸ ਪ੍ਰਸ਼ਾਸਨ ਦਾ, ਮੀਡੀਆ ਦਾ, ਪੂਰੇ ਸਮਾਜ ਦਾ ਬਹੁਤ ਵੱਡਾ ਇਹਦੇ 'ਚ ਜਿਹੜਾ ਯੋਗਦਾਨ ਰਿਹਾ ਕਿ ਅੱਜ ਜਿਹੜੇ ਬੱਚੇ ਆ ਅੱਜ ਆਪਣੇ ਪਰਿਵਾਰ 'ਚ ਆ ਗਏ ਆ। ਔਰ ਅਸੀਂ ਇਹ ਵੀ ਕਹਾਂਗੇ ਕਿ ਬੱਚੇ ਹੁਣ ਭਵਿੱਖ ਦੇ ਵਿੱਚ ਦੁਬਾਰਾ ਐਸੀ ਗਲਤੀ ਨਾ ਕਰਨ ਔਰ ਮਾਂ ਬਾਪ ਦੀ ਸੇਵਾ ਕਰਨ ਔਰ ਪੜ੍ਹਾਈ ਦੇ ਵਿੱਚ ਲਗਨ ਨਾਲ ਕੰਮ ਕਰਨਾ। ਐਸੀ ਅਸੀਂ ਇਹਨਾਂ ਤੋਂ ਹੁਣ ਅਸੀਂ ਪ੍ਰੋਮਿਸ ਵੀ ਲਿਆ ਕਿ ਅੱਗੇ ਫਿਊਚਰ 'ਚ ਪੜ੍ਹਨਗੇ ਵੀ, ਮਾਂ ਬਾਪ ਦੀ ਸੇਵਾ ਵੀ ਕਰਨਗੇ ਔਰ ਦੁਬਾਰਾ ਇਹ ਗਲਤੀ ਨਾ ਕਰਨ। ਔਰ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਕਿਹਾ ਕਿ ਇਹਨਾਂ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਣ। ਇਸ ਮੌਕੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵਿਜੇ ਸਾਂਪਲਾ ਅਤੇ ਫਗਵਾੜਾ ਪੁਲਿਸ ਦਾ ਵੀ ਧੰਨਵਾਦ ਕੀਤਾ। ਉੱਧਰ ਮੁਹੱਲਾ ਵਾਸੀ ਦਵਿੰਦਰ ਜੋਸ਼ੀ ਨੇ ਕਿਹਾ ਕਿ 2 ਮਾਰਚ ਨੂੰ ਉਹਨਾਂ ਨੇ ਵਿਜੇ ਸਾਂਪਲਾ ਨੂੰ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਬੇਨਤੀ ਕੀਤੀ ਸੀ ਕਿ ਉਹ ਬੱਚਿਆਂ ਦਾ ਪਤਾ ਲਗਾਉਣ ਲਈ SP ਫਗਵਾੜਾ ਨਾਲ ਗੱਲਬਾਤ ਕਰਨ, ਜਿਸ ਤੋਂ ਬਾਅਦ ਵਿਜੇ ਸਾਂਪਲਾ ਦੇ ਕਹਿਣ 'ਤੇ ਹੀ ਪੁਲਿਸ ਨੇ ਨੱਠ ਭੱਜ ਕਰਕੇ ਬੱਚਿਆਂ ਨੂੰ ਚੰਡੀਗੜ੍ਹ ਤੋਂ ਵਾਪਸ ਲਿਆਂਦਾ। ਉਹਨਾਂ ਕਿਹਾ ਕਿ ਬੱਚਿਆਂ ਦੇ ਘਰ ਵਾਪਸੀ ਆਉਣ ਵਿੱਚ ਜਿੱਥੇ ਕਿ ਫਗਵਾੜਾ ਪੁਲਿਸ ਅਤੇ ਵਿਜੇ ਸਾਂਪਲਾ ਵਧਾਈ ਦੇ ਪਾਤਰ ਨੇ, ਉੱਥੇ ਹੀ ਫਗਵਾੜਾ ਮੀਡੀਆ ਵੀ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ ਬੱਚਿਆਂ ਦਾ ਪਤਾ ਲਗਾਉਣ ਲਈ ਦਿਨ ਰਾਤ ਮਿਹਨਤ ਕੀਤੀ। ਇਹ ਬੱਚੇ ਜਿਹੜੇ ਸੀ ਸਕੂਲ 'ਚੋਂ ਗੁੰਮ ਹੋ ਗਏ ਸੀ, ਇਹਨਾਂ ਦੇ ਪਰਿਵਾਰ ਮੇਰੇ ਕੋਲ ਕਿਸੇ ਦੇ ਥਰੂ ਲੈ ਕੇ ਆਏ ਸੀ ਅਤੇ ਇਹਨਾਂ ਦੀ ਮੈਂ ਸਾਰੀ ਗੱਲ ਸੁਣੀ। ਉਸ ਤੋਂ ਬਾਅਦ ਮੈਂ ਸਾਂਪਲਾ ਸਾਹਿਬ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਦੱਸਿਆ ਕਿ ਸਾਂਪਲਾ ਸਾਹਿਬ ਇਸ ਤਰ੍ਹਾਂ 3 ਬੱਚੇ ਜਿਹੜੇ ਆ ਸਕੂਲ ਦੇ ਵਿੱਚੋਂ ਕਿਤੇ ਚਲੇ ਗਏ ਆ ਅਤੇ ਤੁਸੀਂ ਪੁਲਿਸ ਨੂੰ ਕਹਿ ਕੇ SP ਸਾਹਿਬ ਨੂੰ ਕਹਿ ਕੇ, ਤੋਂ ਇਹਨਾਂ ਨੇ ਮੇਰੀ ਸਾਂਪਲਾ ਸਾਹਿਬ ਨੇ SP ਸਾਹਿਬ ਦੇ ਨਾਲ ਮੇਰੀ ਗੱਲ ਕਰਾਈ ਔਰ ਇਹਨਾਂ ਨੇ ਉਹਨਾਂ ਨੂੰ ਕਿਹਾ ਅਤੇ ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਕਿ ਅਸੀਂ ਟੀਮਾਂ ਬਣਾ ਕੇ ਇਹਨਾਂ ਦੀ ਜਿਹੜੀ ਆ ਬੱਚਿਆਂ ਦਾ ਪਤਾ ਕਰਦੇ ਪਏ ਹਾਂ, ਕੋਈ ਘਬਰਾਉਣ ਵਾਲੀ ਗੱਲ ਨਹੀਂ ਔਰ 1-2 ਦਿਨਾਂ 'ਚ ਇਹਨਾਂ ਦਾ ਉਹਨਾਂ ਨੇ ਫਿਰ 4 ਟੀਮਾਂ ਬਣਾ ਕੇ ਇਹਨਾਂ ਬੱਚਿਆਂ ਦਾ ਪਤਾ ਕੀਤਾ ਔਰ ਫਿਰ ਸਾਨੂੰ ਚੰਡੀਗੜ੍ਹ ਤੋਂ ਟੈਲੀਫੋਨ ਆਇਆ ਰਾਤ ਨੂੰ ਲਲਿਤਾ ਜੀ ਨੂੰ ਕਿ ਤੁਹਾਡੇ ਬੱਚੇ ਚੰਡੀਗੜ੍ਹ ਦੇ ਵਿੱਚ ਹੈਗੇ ਆ ਅਤੇ ਫਿਰ ਚੰਡੀਗੜ੍ਹ ਇਹਨਾਂ ਦਾ ਇੱਥੋਂ ਪੁਲਿਸ ਲੈ ਕੇ ਚੰਡੀਗੜ੍ਹ ਗਏ ਔਰ ਸਵੇਰੇ 4 ਵਜੇ ਬੱਚਿਆਂ ਨੂੰ ਇੱਥੇ ਲੈ ਕੇ ਆਏ। ਫਿਰ 8 ਵਜੇ ਇਹਨਾਂ ਨੇ ਮੈਨੂੰ ਉੱਥੇ ਥਾਣੇ ਬੁਲਾਇਆ, ਬੱਚਿਆਂ ਨੂੰ ਜਾ ਕੇ ਮਿਲਿਆ ਮੈਂ, ਉਹਨਾਂ ਨੂੰ ਚਾਹ ਪਿਲਾਈ, ਬਿਸਕੁਟ ਖਿਲਾਏ ਔਰ ਪੁੱਛਿਆ ਮੈਂ ਕਿਹਾ ਇਹਨਾਂ ਨੂੰ ਕੁਛ ਕਹੀਓ ਨਾ ਤੁਸੀਂ, ਅਤੇ ਫਿਰ ਸਾਰੀ ਦਿਹਾੜੀ ਉੱਥੇ SP ਸਾਹਿਬ ਦੁਪਹਿਰ ਤੋਂ ਬਾਅਦ ਆਏ ਔਰ ਉੱਥੇ ਆ ਕੇ ਉਹਨਾਂ ਨੇ ਇਹਨਾਂ ਬੱਚਿਆਂ ਦੇ ਬਿਆਨ ਲਏ ਔਰ ਫਿਰ ਉਹਨਾਂ ਨੂੰ ਭੇਜ ਦਿੱਤਾ ਔਰ ਅੱਜ ਇਹਨਾਂ ਨੂੰ ਬੱਚਿਆਂ ਨੂੰ ਕੋਰਟ ਦੇ ਵਿੱਚ ਇਹਨਾਂ ਦੀ ਐਫੀਡੇਵਿਟ ਲੈ ਗਏ ਔਰ ਉਸ ਤੋਂ ਬਾਅਦ ਇਹ ਫਿਰ ਸ਼ਾਮ ਨੂੰ ਮੇਰੇ ਕੋਲ ਆਏ, ਫਿਰ ਚਾਨਾ ਸਾਹਿਬ ਨੂੰ ਬੁਲਾਇਆ ਉੱਥੇ, ਉਹਨਾਂ ਦਾ ਵੀ ਧੰਨਵਾਦ ਕੀਤਾ। ਫਿਰ ਇਹ ਕਹਿੰਦੇ ਵੀ ਅਸੀਂ
सांपला साहब का भी धन्यवाद करना। फिर मैं सांपला साहब नू टैलीफोन ते पुछया, कहिंदे तुसीं घरे आ जाओ, असीं इत्थे आ गए। ते इह सारे परिवार हुण जिहड़े आ सांपला साहब का धन्यवाद करन लई इस करके आए कि इहनां दी बदौलत इहनां दे कहण दे उत्ते पुलिस ने जोर फड़िया। और असीं पुलिस का भी बहुत धन्यवाद करते हैं और सारी मीडिया का भी बहुत धन्यवाद करते हैं जिन्होंने साडा बहुत सहयोग दिता और साडे बच्चे जिहड़े सी इस परिवारां नूं लिया के इन्हां दे घर दे विच जिहड़ी आ खुशी आई द्वारा जे बच्चियां ने गलती की। और एस पी साहब ने और एस एच ओ साहब ने भी कहा भी बच्चियां नूं कुछ कहियो ना, तुसीं मारियो ना, कोई डांटियो ना, इन्हां नूं प्यार दे नाल रखो, जे गलती करके कोई नहीं अगे तो इह गलती नहीं करनगे।